ਮੋਦੀ ਸਰਕਾਰ ਜਾਂ ਕਿਸਾਨਾਂ ਲਈ ਨਵੇਂ ਖੇਤੀ ਕਾਨੂੰਨ ਲੈ ਕੇ ਆਈ ਸੀ, ਉਸਦੇ ਵਿਰੋਧ 'ਚ ਅਕਾਲੀ ਦਲ ਨੇ ਐਨਡੀਏ ਨਾਲੋਂ ਆਪਣਾ ਰਿਸ਼ਤਾ ਤੋੜ ਦਿੱਤਾ ਸੀ। ਉਸ ਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ। ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ ਅਕਾਲੀ ਦਲ ਅਤੇ ਬੀਜੇਪੀ ਦਾ ਇਕੱਠਿਆਂ ਆਉਣਾ ਅਸੰਭਵ ਜਿਹਾ ਲੱਗਦਾ ਹੈ। ਅੱਜ ਤੱਕ ਦੀ ਇੱਕ ਰਿਪੋਰਟ 'ਚ ਅਕਾਲੀ ਦਲ ਦੇ ਸੂਤਰਾਂ ਨੇ ਦੱਸਿਆ ਕਿ ਬੀਜੇਪੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ 6 ਸੀਟਾਂ 'ਤੇ ਚੋਣ ਲੜਨ ਦੀ ਮੰਗ ਕਰ ਰਹੀ ਹੈ, ਜਦਕਿ ਅਕਾਲੀ ਦਲ ਇੰਨੀਆਂ ਸੀਟਾਂ ਦੇਣ ਲਈ ਤਿਆਰ ਨਹੀਂ ਹੈ। ਜਦ ਅਕਾਲੀ ਦਲ ਐਨਡੀਏ 'ਚ ਸ਼ਾਮਲ ਸੀ ਤਾਂ ਉਦੋਂ ਅਕਾਲੀ ਦਲ 10 ਅਤੇ ਬੀਜੇਪੀ 3 ਸੀਟਾਂ 'ਤੇ ਚੋਣ ਲੜਦੀ ਸੀ। ਉੱਧਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ 117 ਸੀਟਾਂ 'ਚੋਂ ਅਕਾਲੀ ਦਲ 95 ਅਤੇ ਬੀਜੇਪੀ 22 ਸੀਟਾਂ 'ਤੇ ਚੋਣ ਲੜਦੀ ਰਹੀ ਹੈ। ਅਕਾਲੀ ਦਲ ਦੇ ਲੀਡਰਾਂ ਦੇ ਮੁਤਾਬਕ ਬੀਜੇਪੀ ਦਾ ਪ੍ਰਭਾਵ ਕੁਝ ਸ਼ਹਿਰੀ ਇਲਾਕਿਆਂ ਤੱਕ ਹੀ ਸੀਮਿਤ ਹੈ, ਜਦਕਿ ਅਕਾਲੀ ਦਲ ਦਾ ਪਿੰਡ ਦਿਹਾਤ ਤੱਕ ਪ੍ਰਭਾਵ ਹੈ। ਇਸ ਤੋਂ ਇਲਾਵਾ ਇਸ ਸਮੇਂ ਪੰਜਾਬ 'ਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੈ ਅਤੇ ਉਹ ਇਸ ਗੱਠਜੋੜ ਨੂੰ ਤੋੜਨਾ ਨਹੀਂ ਚਾਹੁੰਦੇ। ਹਾਲਾਂਕਿ ਇਸ ਗੱਠਜੋੜ ਵਾਲੇ ਰਿਸ਼ਤੇ 'ਚ ਵੀ ਦਰਾੜ ਵਿਖਣੀ ਸ਼ੁਰੂ ਹੋ ਗਈ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ, 224 ਸਾਡੀਆਂ ਬਰੂਹਾਂ 'ਤੇ ਖੜ੍ਹਾ ਆ, ਉਹ ਬਿਆਨ ਉਸੇ ਸੰਦਰਭ 'ਚ ਸੀਗਾ ਕਿ ਜੇਕਰ ਕਾਂਗਰਸ ਦਾ ਗੱਠਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ, ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠਜੋੜ ਨੂੰ। ਜੇਕਰ ਮਨ ਦੇ ਵਿੱਚ ਦੋਵਾਂ ਘਰਾਂ ਦਾ ਪ੍ਰਾਹੁਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ 'ਚੋਂ ਆਦਮੀ ਭੁੱਖਾ ਰਹਿ ਜਾਂਦਾ ਆ। ਪਤਾ ਹੈ, ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ। ਸਾਡੇ ਵੱਲੋਂ ਬਹੁਤ ਤਕੜਾ ਸਮਝੌਤਾ ਇਹਨਾਂ ਦੇ ਨਾਲ ਹੈ, ਸਾਡੀ ਭਾਈਵਾਲ ਪਾਰਟੀ ਹੈ, ਪੂਰੀ ਮਾਨ ਇੱਜ਼ਤ ਉਹਨਾਂ ਦੀ ਕਰਦੇ। ਉਹਨਾਂ ਦੇ ਮਨ 'ਚ ਕੋਈ ਇਹੋ ਜਿਹੀ ਗੱਲ ਹੋਏ ਤਾਂ ਲੀਡਰਸ਼ਿਪ ਨਾਲ ਗੱਲ ਹੋ ਸਕਦੀ ਹੈ। ਵੈਸੇ ਬੀਜੇਪੀ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਹੈ, ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਹੈ ਅਤੇ ਅਕਾਲੀ ਦਲ ਦੇ ਹੀ ਲੀਡਰ ਸੁਰਜੀਤ ਸਿੰਘ ਰੱਖੜਾ ਨੇ ਇਸ ਗੱਲ 'ਤੇ ਮੋਹਰ ਲਗਾਈ ਸੀ ਕਿ 2024 ਲਈ ਮੁੜ ਤੋਂ ਪੁਰਾਣੇ ਭਾਈਵਾਲ ਇਕੱਠੇ ਹੋਣਾ ਚਾਹੁੰਦੇ ਨੇ। ਠੀਕ ਇੱਕ ਮਹੀਨੇ ਪੁਰਾਣਾ ਇਹ ਬਿਆਨ ਸੁਣੋ। ਬੀਜੇਪੀ ਨਾਲ ਗੱਠਜੋੜ ਹੋ ਜਾਊਗਾ, ਨਹੀਂ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਸੰਭਾਵਨਾ ਕੁਛ? ਦੇਖੋ, ਇਹ ਤਾਂ ਹੁਣ ਗੁਰੂ ਨੂੰ ਪਤਾ ਵੀ ਸੰਭਾਵਨਾ ਤਾਂ ਪੂਰੀ ਹੈ, ਹੋ ਵੀ ਸਕਦਾ, ਪਰ ਸ਼੍ਰੋਮਣੀ ਅਕਾਲੀ ਦਲ ਚੋਣ ਲੜਨ ਦੇ ਲਈ ਤਿਆਰ ਹੈ, ਹਮੇਸ਼ਾ ਤਤਪਰ ਹੈ, 24 ਘੰਟੇ ਤਿਆਰ ਹੈ। ਬੀਜੇਪੀ ਨੇ ਕੋਈ ਸੰਪਰਕ ਕੀਤਾ ਤੁਹਾਡੇ ਅਕਾਲੀ ਮੁਖੀ? ਗੱਲ ਚੱਲ ਰਹੀ ਹੈ ਜੀ, ਗੱਲ ਚੱਲ ਰਹੀ ਹੈ। ਆਪਣੇ ਸਤਿ ਸੁਖਬੀਰ ਸਿੰਘ ਬਾਦਲ ਵੀ ਆਏ ਸੀ, ਦਰਸ਼ਨ ਸਿੰਘ ਆਏ ਨੇ ਇੱਥੇ, ਅਤੇ ਉਦੋਂ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਗੱਲ ਕਰੋ ਕਿਉਂਕਿ ਮੋਦੀ ਸਾਹਿਬ ਨਾਲ ਉਹਨਾਂ ਦੀ ਬਹੁਤ ਵਧੀਆ, ਅਤੇ ਉਹ ਗੱਲ ਚੱਲਦੀ ਹੈ। ਦੇਖੋ ਹੁਣ ਕਿਤੇ ਲੱਗਦੀ ਹੈ, ਇਹ ਤਾਂ ਗੁਰੂ ਨੂੰ ਪਤਾ ਵੀ ਕਿੱਥੇ ਜਾ ਕੇ ਹੋ ਸਕਦਾ। ਬਹੁਤ ਚਾਂਸ ਨੇ ਜੀ, ਬਹੁਤ ਚਾਂਸ ਨੇ। ਬੀਜੇਪੀ ਵੀ ਚਾਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਚਾਹੁੰਦਾ ਕਿ ਇਹ ਸਮਝੌਤਾ ਹੋਵੇ। ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਮੰਨੀਏ ਤਾਂ ਸੁਖਬੀਰ ਸਿੰਘ ਬਾਦਲ ਨੇ ਦਰਸ਼ਨ ਸਿੰਘ ਧਾਲੀਵਾਲ ਨੂੰ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰੋ, ਕਿਉਂਕਿ ਧਾਲੀਵਾਲ ਦੀ ਪ੍ਰਧਾਨ ਮੰਤਰੀ ਨਾਲ ਨੇੜਤਾ ਹੈ। ਦਰਸ਼ਨ ਸਿੰਘ ਧਾਲੀਵਾਲ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਨੇ, ਅਮੈਰੀਕਾ 'ਚ ਡਾਕਟਰ ਦਰਸ਼ਨ ਸਿੰਘ ਦਾ ਚੰਗਾ ਕਾਰੋਬਾਰ ਹੈ ਅਤੇ ਇਹਨਾਂ ਨੂੰ ਮੋਦੀ ਸਰਕਾਰ ਨੇ 2023 'ਚ ਸਨਮਾਨਿਤ ਕੀਤਾ ਸੀ। ਖੈਰ, ਤਮਾਮ ਕੋਸ਼ਿਸ਼ਾਂ ਹੋਈਆਂ, ਤਮਾਮ ਕਿਆਸ ਰਾਈਆਂ ਲਗਾਈਆਂ ਗਈਆਂ ਅਤੇ ਹੁਣ ਵੱਡੀ ਖਬਰ ਸੂਤਰਾਂ ਦੇ ਹਵਾਲੇ ਨਾਲ ਇਹ ਕਿ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ 'ਤੇ ਪੇਚ ਫਸ ਗਿਆ ਅਤੇ ਬਹੁਤ ਘੱਟ ਸੰਭਾਵਨਾ ਹੈ ਕਿ 2024 ਲਈ ਦੋਵੇਂ ਭਾਈਵਾਲ ਇਕੱਠੇ ਆਉਣ। ਬਾਕੀ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਦੇਖਦੇ ਰਹੋ ਪੰਜਾਬ ਤੱਕ। ਸਤਿ ਸ਼੍ਰੀ ਅਕਾਲ।